ਅਸਲਾਮ ਵਾਲੇਕਮ ਵੀਵਰਸ, ਉਮੀਦ ਕਰਨੇ ਆ ਸਾਰੇ ਦੋਸਤ ਭੈਣ ਭਰਾ ਠੀਕ ਹੋ, ਸੋ ਖੁਸ਼ਬਾਜ ਹੋ। ਅੱਜ ਦੀ ਵੀਡੀਓ ਨਾਲ ਕਰਨੇ ਆ ਆਗਾਜ਼, ਜਿਹਨਾਂ ਭੈਣ ਭਰਾ ਪਿਛਲਾ ਪਾਰਟ ਤੱਕ ਹੈ ਉਹਨਾਂ ਕੀ ਪਤਾ ਕਿ ਅਸਾਂ ਇੱਥੇ ਦਿਨ ਨਾਲ ਖਾਣਾ ਖਾਧਾ ਸੀ, ਇੱਥੇ ਸਟੇਅ ਕੀਤੀ ਸੀ, ਤਾਂ ਹੁਣ ਅਸਾਂ ਨਾਲ ਬੱਕਰੀਆਂ ਰੇਵਰ ਨਿਕਲ ਪਿਆ। ਅੱਗੇ ਅਸਾਂ ਜਿਹੜੀ ਮੰਜ਼ਿਲ ਹੈ ਜਿੱਥੇ ਅਸਾਂ ਨਾਈਟ ਸਟੇਅ ਕਰਨੀ ਹੈ ਉੱਥੇ ਜਾਣਾ, ਇੱਥੇ ਬੱਕਰੀਆਂ ਵਗੈਰਾ ਚਰਾਉਣੀਆਂ। ਪਹਿਲੇ ਅਸਾਂ ਜਿਹੜਾ ਵਲੌਗ ਬਣਾਇਆ ਉਸਨੇ ਅਸਾਂ ਆਪਣੇ ਪਿਛਲੇ ਡੇਰੇ ਪਰ ਖੋਤੇ ਲੈ ਗਏ, ਇੱਥੇ ਤੱਕ ਸਮਾਨ ਲੈ ਗਏ, ਇੱਥੇ ਆਏ ਸਾਂ। ਲੇਕਿਨ ਹੁਣ ਇਬ੍ਰਾਹਿਮ ਭਾਈ ਆਉਣਗੇ ਅਮਜਿਤ ਬਾਈ ਨਾਲ ਖੋਤੇ ਵਗੈਰਾ ਲੈ ਗਏ, ਤਾਂ ਮੈਂ ਚੱਲ ਸਾਂ ਬੱਕਰੀਆਂ ਨਾਲ, ਕਿਉਂਕਿ ਆਬਦ ਬਾਈ ਨਾਲ ਗੱਪਸ਼ਪ ਕਰਾਂਗੇ। ਬਾਕੀ ਕਹਿੰਦੇ ਨਾ ਅਮਾਨੀ ਬਾਈ ਨਾ ਥੋੜ੍ਹਾ ਜਿਹਾ ਔਖਾ ਹੋ ਗਿਆ ਸੀ, ਮਾਨੀ ਬਾਈ ਨਾਲ ਗੱਪਸ਼ਪ ਲਾਸਾਂ, ਠੀਕ ਹੈ। ਅਤੇ ਨਾਲੇ ਅੱਜ ਦਾਸਤਾਨ ਵੀ ਸੁਣਾ ਸੋ ਇਸ ਗਲੀ ਦੇ ਬਾਰੇ 'ਚ, ਠੀਕ ਹੈ। ਚੱਲੇ ਹਾਂ ਨਾਲ, ਸੁਣੇ ਸਫ਼ਰ ਕਰਨੇ ਆ, ਗੱਪਸ਼ਪ ਲਾਉਣੇ ਆ, ਉੱਪਰ ਇਹਨਾਂ ਕੋਲ ਪੁੱਛਾਂਗੇ ਇਸ ਗਲੀ 'ਚ ਜਹਾਜ਼ ਪਠਾਇਆ ਸੀ, ਕਿਸ ਤਰ੍ਹਾਂ ਪਠਾਇਆ ਸੀ, ਕਿਆ ਸੀਨ ਹੋਇਆ ਸੀ। ਬਾਕੀ ਐਤਕ ਰਸੋਈ ਸਾਹਿਬ ਪਰ ਭਾਈ ਯਾਰ ਬੜੀ ਮਿਹਨਤ ਕਰਨੇ ਪੈਣ, ਕੁੱਤਿਆਂ ਕੀ ਦੁੱਧ ਸ਼ੁੱਧ ਪਿਲਾਉਣੇ ਪਏ ਬੱਕਰੀਆਂ ਨਾਲ, ਬੜਾ ਲਾਡ ਪਿਆਰ ਕਰਨੇ ਨੇ, ਕੁੱਤੇ ਜਿਹੜੇ ਰੱਖੇ ਹੋਣੇ ਨਾ ਬੜੇ ਮਿਹਨਤ ਕਰਨੇ, ਠੀਕ ਹੈ। ਅਤੇ ਬਾਕੀ ਹੁਣ ਇਸ ਸਾਹਿਬ ਪਰ ਬੱਕਰੀਆਂ ਸ਼ਕਰੀਆਂ ਟੁੱਟ ਪਈਆਂ ਸਾਰੀਆਂ, ਇਸ ਖੂਬਸੂਰਤ ਜੇ ਵਿਊ ਪਰੋਂ ਨਿਕਲ ਪਈਆਂ, ਐਤਕ ਰਸੋ ਮਾਸ਼ਾਲਾ। ਬਾਕੀ ਹੁਣ ਅਸਾਂ ਚੱਲਦੇ ਹਾਂ ਇੱਥੋਂ, ਅਤੇ ਉੱਪਰ ਚੱਲ ਗਿਆ ਬਾਕੀ ਇਹਨਾਂ ਨਾਲ ਗੱਪਸ਼ਪ ਸੀ। ਬਾਕੀ ਮਨੀ ਬਾਈ ਜਿਹੜਾ ਇੱਥੇ ਜਹਾਜ਼ ਪਠਾਇਆ ਸੀ ਕੁਛ ਨਾ ਸੀ ਆਰਮੀ ਨਾਲ, ਆਰਮੀ ਨਾਲ ਤਾਂ ਕਾਫੀ ਨੁਕਸਾਨ ਹੋਇਆ ਸੀ, ਕਿਤੇ ਸਾਲ ਪਹਿਲੇ ਬੰਦੇ ਸਾਰੇ ਸ਼ਹੀਦ ਹੋ ਗਏ, ਕਿਤੇ ਸਾਲ ਪਹਿਲੇ ਕਬਰਸਤਾਨ ਇੱਥੇ ਹੋਈ ਜਣਾ 15-16 ਸਾਲ ਹੋ ਗਏ। ਅੱਛਾ ਕਬਰਸਤਾਨ ਇੱਥੇ ਹੈ, ਅੱਛਾ ਕਬਰਸਤਾਨ ਇੱਥੇ ਹੈ, ਕਬਰਸਤਾਨ ਇੱਥੇ। ਚਲੋ ਉੱਪਰ ਚੱਲਨੇ ਆ, ਉੱਪਰ ਚੱਲ ਗਿਆ ਤੁਸੀਂ ਵਿਜ਼ਿਟ ਕਰਨਾ ਜਾਂ ਜਹਾਜ਼ ਪਠਾਇਆ ਸੀ ਉਹ ਉਹਨਾਂ ਨੇ ਬੰਦਿਆਂ ਦੀਆਂ ਸ਼ਹੀਦਾਂ ਨਾਲ ਕਬਰਾਂ ਇੱਥੇ, ਤਾਂ ਚਲੋ ਅੱਗੇ ਚੱਲਿਆ ਗੱਪਸ਼ਪ ਹੋਣੀ। ਬਾਕੀ ਜੀ ਚੱਲਨੇ ਆ ਇਸ ਸਾਹਿਬ ਪਰ ਉੱਪਰ ਗੱਪਸ਼ਪ ਹੋਣੀ ਹੈ, ਇਸ ਸਾਹਿਬ ਪਰ ਖੋਤੇ ਵਗੈਰਾ ਲੋਡ ਕਰਨੇ ਵਾਸਤੇ ਨਿਕਲ ਜਾਣੇ ਪਏ, ਖੋਲੇ ਸਨ ਚਰਨੇ ਵਾਸਤੇ, ਤਾਂ ਹੁਣ ਸ਼ਕੂਰ ਬਾਈ ਲੈ ਕੇ ਜਾ ਰਹੇ ਇੱਥੇ ਆਪਣੇ ਡੇਰੇ ਪਰ, ਇਹਨੂੰ ਸਮਾਨ ਸਮਾਨ ਲੋਡ ਕਰ ਸਨ ਫਿਰ ਨਿਕਲ ਸਨ ਇਸ ਸਾਹਿਬ ਪਰ। ਬਾਕੀ ਚੱਲਨੇ ਆ ਹੁਣ ਅਸਾਂ ਇਹਨਾਂ ਬੱਕਰੀਆਂ ਨਾਲ ਉੱਪਰ, ਵਿਊ ਚੈੱਕ ਕਰਨੇ ਸੋ ਕਿਤਨਾ ਖੂਬਸੂਰਤ ਵਿਊ ਹੈ, ਇਹ ਚੈੱਕ ਕਰਨੇ ਪਵੇ ਇਸ ਪਹਾੜ ਨੇ ਉੱਪਰੇ ਬੱਕਰੀਆਂ ਕਿਤਨੇ ਪਿਆਰੇ ਅੰਦਾਜ਼ ਨਾਲ ਜਾਣੀਆਂ ਪਈਆਂ, ਠੀਕ ਹੈ। ਇਸ ਪਹਾੜ ਤੋਂ ਅਸਾਂ ਬੈਕ ਸਾਈਡ ਪਰ ਜਾਣਾ, ਇੱਧਰ ਤਕਨ ਸੋ ਮਾਸ਼ਾਅੱਲਾ ਬੈਕ ਸਾਈਡ ਪਰ ਕਿਤਨਾ ਖੂਬਸੂਰਤ ਵਿਊ ਹੈ, ਟੌਪ ਪਰ ਅਸਾਂ ਆ ਗਏ ਹਾਂ, ਝੜਵੇ ਤਕਨ ਸੋ ਪੇ ਠੰਡਾ ਠੰਡਾ ਮੌਸਮ ਹੈ, ਠੀਕ ਹੈ, ਵਿਊ ਚੈੱਕ ਕਰਨੇ ਸੋ। ਬਾਕੀ ਹੁਣ ਪੈਡਾਂ ਦੇ ਨਾਲ ਨਾਲ ਅਸਾਂ ਉੱਪਰ ਚੱਲਦੇ ਹਾਂ, ਨਾਲ ਨਾਲ ਗੱਪਸ਼ਪ ਹੋਣੀ ਹੈ ਉੱਪਰ, ਕਿਤਨਾ ਸਫ਼ਰ ਹੈ ਤਕਰੀਬਨ ਘੰਟੇ ਡੇਢ ਨਾਲ ਦੋਵਾਂ ਨਾਲ ਸਫ਼ਰ ਹੈ। ਬਾਕੀ ਜੀ ਮਾਸ਼ਾਅੱਲਾ ਉੱਪਰ ਟੌਪ ਪਰ ਆਏ ਹਾਂ, ਅੱਜ ਚੈੱਕ ਕਰਨੇ ਸੋ ਨੀਚੇ ਵਾਈਟ ਵਾਈਟ ਤੁਸੀਂ ਫੁੱਲ ਨਜ਼ਰ ਆਉਣੇ ਸਨ ਇਹ ਉੱਪਰ ਟੌਪ ਪਰ, ਇਸ ਤਰ੍ਹਾਂ ਨੇ ਖੂਬਸੂਰਤ ਫੁੱਲ ਹਨ, ਇੱਥੇ ਬਹੁਤ ਐਵੀ ਕਿਸਮ ਦੀ ਬਰਫ਼ ਪੈਣੀ ਹੈ, ਠੀਕ ਹੈ। ਲੇਕਿਨ ਆ ਕੇ ਫੁੱਲ ਤਕਣੇ ਸੋ ਕਿਤਨੇ ਪਿਆਰੇ ਲੈਣੇ ਪਏ, ਵਾਈਟ ਵਾਈਟ ਫੁੱਲ ਖਿਲੇ ਨੇ, ਅੱਛਾ ਕਰਨੇ ਸੋ ਮਾਸ਼ਾਅੱਲਾ ਬੜੀ ਖੂਬਸੂਰਤ। ਆਉਣੇ ਨੇ ਕਿ ਹਾਲੇ ਇੱਕ ਅੱਧ ਬਾਰਿਸ਼ ਹੋਰ ਪਈ ਤਾਂ ਹੋਰ ਜ਼ਿਆਦਾ ਖੂਬਸੂਰਤੀ ਹੋ ਸੀ ਇਸ ਨੇ ਇੰਨਾ ਫੁੱਲਾਂ ਵੇਜਾ ਤੋਂ, ਠੀਕ ਹੈ। ਬਾਕੀ ਸਾਹਿਬ ਰਾ ਗਿਆ ਕਬਸਤਾਨ ਜਿਸ ਏਰੀਏ ਜਹਾਜ਼ ਪਠਾਇਆ ਸੀ, ਉਹ ਵੀ ਅੱਗੇ ਚੱਲ ਗਿਆ, ਇਹਨਾਂ ਨੂੰ ਪੁੱਛਣਿਆ ਕਿ ਕਿਆ ਸੀ ਨੇ। ਮਾਸ਼ਾਅੱਲਾ ਜੀ ਬੜੀ ਖੂਬਸੂਰਤ ਵਿਊ ਵਾਲੀ ਜਗ੍ਹਾ ਅਸੀਂ ਪਹੁੰਚ ਆਏ ਹਾਂ, ਜਿਸ ਸਾਹਿਬ ਤੁਸੀਂ ਪਿੱਛੇ ਨਜ਼ਰ ਆਉਣਾ ਸੀ ਕਿਤਨਾ ਖੂਬਸੂਰਤ ਵਿਊ ਹੈ, ਨੀਚੇ ਤੁਸੀਂ ਵਾਈਟ ਵਾਈਟ ਫੁੱਲ ਨਜ਼ਰ ਆਉਣ ਪਏ ਸਨ। ਇਸ ਸਾਹਿਬ ਪਰ ਚੱਲਦੇ ਹਾਂ ਜਿਹੜਾ ਕਬਸਤਾਨ ਹੈ, ਇਹ ਪੁੱਛਣੇ ਇਹਨਾਂ ਕੋਲੋਂ ਕਿ ਜਿਹੜੇ ਇਹ ਦਰਖਤ ਤੁਸੀਂ ਨਜ਼ਰ ਆਉਣੇ ਪਏ ਨੇ ਇਹਨਾਂ ਨਾਲ ਜਹਾਜ਼ ਟਕਰਾਇਆ ਸੀ, ਠੀਕ ਹੈ। ਤਾਂ ਬਾਕੀ ਤਖਤੀਆਂ ਬਾਰੇ ਵੀ ਤੱਕਣੇ ਆ ਕਿ ਸਾਰੀਆਂ ਕਬਰਾਂ ਆਉਣ ਸਨ ਇੱਥੇ ਕੜੀਆਂ ਗਈਆਂ। ਹਾਂਜੀ ਮਾਨੇ ਭਾਈ ਕਿਆ ਸਿਸਟਮ ਹੈ? ਦੋ ਦਰਖਤ ਸੁੱਕੇ ਨੇ, ਇਹ ਸੜ ਗਏ ਸਨ, ਮਤਲਬ ਉਸ ਟਾਈਮ ਜਹਾਜ਼ ਇਸ ਸਾਈਡ ਪਠਾਇਆ ਸੀ, ਉੱਪਰ ਮੈਨ ਤਖਤੀ ਲੱਗੀ ਆ, ਉਸ ਤਖਤੀ ਨੂੰ ਤੁਸੀਂ ਵਿਜ਼ਿਟ ਕਰਾਉਣੇ ਆ, ਕੋਈ ਸਹੀ ਕਨਫਰਮ ਅਸਾਂ ਕੀ ਨਹੀਂ ਪਤਾ ਕਿ ਜਹਾਜ਼ ਕਿਹੜਾ ਪਠਾਇਆ ਸੀ, ਆਰਮੀ ਨੇ ਬੰਦੇ ਸਨ ਜਾਂ ਕੋਈ ਸਿਵਲ ਸਨ। ਇਹ ਆਉਣੇ ਨੇ ਕਿ ਉਹਨਾਂ ਦਿਨਾਂ 'ਚ ਬਹੁਤ ਹੈਵੀ ਕਿਸਮ ਦੀ ਇੱਥੇ ਬਰਫ਼ ਪਈ ਸੀ, ਇਸ ਵਾਸਤੇ ਸਾਰਿਆਂ ਨੇ ਕਬਰਾਂ ਇੱਥੇ ਕੜੀਆਂ ਸਨ, ਠੀਕ ਹੈ। ਅਤੇ ਬਾਕੀ ਜਨਾਜ਼ਾ ਵਗੈਰਾ ਵੀ ਇੱਥੇ ਹੋਇਆ ਸੀ, ਅਤੇ ਇਸ ਸਾਈਡ ਪਰ
ਯਾਦਗਾਰ ਹੈ ਸ਼ੋਦਾ। ਬਿਲਕੁਲ ਜੀ, ਐਸਾ ਕਰਨੇ ਉਸ ਜੀ, ਇਸ ਐਪ ਲਿਖੇ ਹੈ ਹਰ ਚੀਜ਼ ਤੁਸੀਂ ਪੜ੍ਹ ਸਕਦੇ ਹੋ, ਸਕਰੀਨ ਸ਼ਾਟ ਨਹੀਂ ਕਰ ਸਕਦਾ, ਪੜ੍ਹ ਸਕਦੇ ਹੋ ਜਿਹੜਾ ਜਿਹੜਾ ਬੰਦਾ ਇੱਥੇ ਜਹਾਜ਼ਾਂ ਵਿੱਚ ਫੋਤ ਹੈ। ਐਤਕਨੇ ਸੋ ਕੈਪਟਨ ਵੀ ਆਏ ਸਨ, ਨਾਇਬ ਸੂਬੇਦਾਰ ਵੀ ਆਏ ਸਨ, ਠੀਕ ਹੈ। ਬਾਕੀ ਮਤਲਬ ਲੋਕਲ ਕਵਰਾਂ ਵੀ ਇੱਥੇ, ਬਾਕੀ ਜੇ ਜਹਾਜ਼ ਪੁੱਠਾਇਆ ਸੀ ਉਹਨਾਂ ਬੰਦਿਆਂ ਨੇ ਇਹ ਨਾ ਸਨ, ਠੀਕ ਹੈ। ਅਤੇ ਇਹ ਬਾਕੀ ਸਾਰਾ ਕੁਝ ਅੱਗੇ ਲਿਖਿਆ ਕਿ ਕਿਹੜੇ ਕਿਹੜੇ ਏਰੀਏ ਨੇ ਸਨ, ਠੀਕ ਹੈ। ਸੋ ਸਕਰੀਨ ਸ਼ਾਟ ਲੈ ਕੇ ਤੱਕ ਸਕਦੇ ਹੋ। ਇੰਨਾ ਦਰਖਤਾਂ ਲਗਾ ਸੀ ਐਤਕਨੇ ਸੋ ਜੀ, ਇੱਥੇ ਦਰਖਤ ਸਨ ਬੜੇ ਬੜੇ, ਇਸ ਐਪ ਵੀ ਹੋਰ ਵੀ ਇੱਕ ਦੋ ਦਰਖਤ ਹੋਏ ਹੋ ਸਨ ਜਿਨ੍ਹਾਂ ਨਾਲ ਜਹਾਜ਼ ਟਕਰਾਇਆ, ਇਹ ਦਰਖਤ ਸੜ ਗਏ ਉਸ ਟਾਈਮ, ਠੀਕ ਹੈ। ਇਸ ਐਪ ਨੂੰ ਦਰਖਤ ਜਹਾਜ਼ਾਂ ਬਣਾਇਆ ਅਤੇ ਇੱਥੇ ਜਿਲ੍ਹਾ ਪੁੱਜਿਆ ਅਤੇ ਇੱਥੇ ਟਕਰਾ ਗਿਆ ਉਹਨਾਂ ਨੇ, ਫਿਰ ਕਬਰਾਂ ਇੱਥੇ ਕਰ ਛੱਡੀਆਂ। ਬਾਕੀ ਜਿਹੜੀਆਂ ਕਬਰਾਂ ਉਹ ਕੋਈ ਮੁਕਾਮੀ ਨੇ ਲੋਕਾਂ ਦੀਆਂ ਉਸ ਸਨ, ਜਿਹੜੀਆਂ ਲੇਡੀਜ਼ ਨੇ ਕਬਰਾਂ। ਬਾਕੀ ਇਹ ਚੱਕਰ ਨੇ ਸੋ ਜੀ, ਇਹ ਕੁਛ ਸੀਨ ਸੀ ਇਸ ਐਪ ਪਰ, ਇੱਕ ਖੂਬਸੂਰਤ ਵਿਊ ਚੱਕਰ ਨੇ ਸੋ। ਬਾਕੀ ਉਹ ਪਾਰੀ ਸਾਈਡ ਬਰਫ਼ ਪਈ ਹੈ, ਇਹ ਐਸਾ ਕਰਨੇ ਸੋ, ਬਿਲਕੁਲ ਸਾਹਮਣੇ ਆ ਗਿਆ ਜਿੱਥੇ ਬਰਫ਼ ਵਗੈਰਾ ਪਈ ਹੈ। ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਵਿਊ ਵਾਲੀ ਜਗ੍ਹਾ ਪਰ ਇਸ ਟਾਈਮ, ਅਤੇ ਬਾਕੀ ਚੱਲਦੇ ਹਾਂ। ਬਾਕੀ ਜੀ, ਕਬਰਸਤਾਨ ਅਸੀਂ ਵਿਜ਼ਿਟ ਕਰਿਆ ਜਿੱਥੇ ਜਹਾਜ਼ ਪੁੱਠਾਇਆ ਸੀ ਅਸਾਂ ਨੇ, ਪਾਕਿਸਤਾਨ ਆਰਮੀ ਨੇ ਜਿਹੜੇ ਬੰਦੇ ਸ਼ਹੀਦ ਹੋਏ ਸਨ, ਕੈਪਟਨ ਵਗੈਰਾ, ਕਰਨਲ ਵਗੈਰਾ ਜਿਹੜੇ ਵੀ ਆਏ ਸਨ, ਤੁਹਾਨੂੰ ਨਾ ਤਾਂ ਕਿਸੇ ਸੁਧਾਰ ਵਗੈਰਾ ਵੀ। ਅਤੇ ਬਾਕੀ ਜਿਹੜੀ ਵਿੱਚ ਫੈਮਿਲੀ ਦੀ ਕਬਰਾਂ ਉਹ ਮਾਨੀ ਬਾਈ ਆਣੇ ਨੇ ਕਿ ਜਿਹੜੇ ਅਸਾਂ ਨੇ ਗਰਵਾਲ ਕਬੀਲੇ ਇਸ ਏਰੀਏ 'ਚ ਰਹਿਣ ਵਾਸਤੇ ਆਉਣੇ ਨੇ, ਜਿਹੜੇ ਬੱਕਰੀਆਂ ਨਾਲ ਜਾਣੇ ਨੇ। ਅਤੇ ਅਗਰ ਰਸਤੇ ਵਿੱਚ ਕਿਸੇ ਬੰਦੇ ਨੂੰ ਵੀ ਡੈਥ ਹੋ ਜਾਣੀ ਹੈ ਤਾਂ ਫਿਰ ਇਸ ਏਰੀਏ 'ਚ ਜਾਂ ਜਿੱਥੇ ਕਿੱਥੇ ਵੀ ਆਉਣੇ ਨੇ ਉੱਥੇ ਉਹਨੇ ਦਫਨ ਕਰ ਛੱਡਣੇ। ਸੁਣੋ ਬਸ, ਇਹ ਸਿਸਟਮ ਹੈ ਕਿ ਇਸ ਏਰੀਏ ਬੰਦੇ ਡੈਥ ਹੋ ਜਾਵੇ ਉੱਥੇ ਦਫਨ ਕਰ ਛੱਡਿਆ। ਪਹਿਲੇ ਪਹਿਲੇ ਇਹ ਸਿਸਟਮ ਸੀ, ਹੁਣ ਥੋੜ੍ਹੀਆਂ ਰੋਡਾਂ ਸਾਡਾ ਬਣ ਗਈਆਂ ਤਾਂ ਉੱਧਰ ਖੜਨ ਵੈਸੇ ਓਵਰਆਲ ਇਹਨਾਂ ਨੇ ਸਿਸਟਮ ਸੀ ਕਿ ਜਿੱਥੇ ਕਿੱਥੇ ਵੀ ਬੰਦੇ ਡੈਥ ਹੋ ਜਾਣੀ ਹੈ, ਕੋਈ ਬੱਚੀ ਬੱਚਾ ਕੋਈ ਬਜ਼ੁਰਗ ਕੋਈ ਫੋਤ ਜਾਣਾ ਉਸ ਏਰੀਏ 'ਚ ਦਫਨ ਕਰ ਛੱਡਣਾ, ਕਿਉਂਕਿ ਇੱਥੋਂ ਚੁੱਕ ਗਿਆ ਖੜਨਾ ਬਹੁਤ ਹੀ ਮੁਸ਼ਕਲ ਕੰਮ ਹੈ ਰੋਡਾਂ ਕੋਲ। ਹੁਣ ਤਾਂ ਚਲੋ ਨਜ਼ਦੀਕ ਤਰੀਨ ਦੋ ਦੋ ਤਿੰਨ ਤਿੰਨ ਘੰਟਿਆਂ ਨੇ ਸਫ਼ਰ ਪਰ ਰੋਡਾਂ, ਅਤੇ ਹੁਣ ਚਲੋ ਲੈ ਜਾਣੇ। ਤਾਂ ਇਹ ਕਬਰਾਂ ਉਹ ਮੈਂ ਪਛਾਣ ਹੋ ਗਿਆ ਸਾਂ, ਮੈਂ ਹੈ ਕਿ ਉਸ ਜਹਾਜ਼ਾਂ ਵਿੱਚ ਪੂਰਾ ਲੇਡੀਜ਼ ਬੱਚੇ ਵਗੈਰਾ ਵੀ ਬੈਠੇ ਸਨ। ਅਤੇ ਬਾਕੀ ਇਹ ਮੁਸ਼ਕਲ ਰਸਤਾ ਜਿਹੜਾ ਸਾਂ ਗੁਜ਼ਰ ਕੇ ਜਾਣਾ, ਬੱਕਰੀਆਂ ਸਾਰੀਆਂ ਇਹ ਚੱਕਣਾ ਸੋ ਜਾਣੀਆਂ ਪਈਆਂ। ਅਤੇ ਮਾਸ਼ਾਅੱਲਾ ਜਿਹੜਾ ਵਿਊ ਹੈ ਇਸ ਏਰੀਆ ਨਾਲ ਬਹੁਤ ਹੀ ਖੂਬਸੂਰਤ ਪਿਆਰਾ ਵਿਊ ਹੈ, ਟਾਪ ਪਰ ਅਸਾਂ ਰੁਕੇ ਹਾਂ, ਠੀਕ ਹੈ। ਇਹ ਏਰੀਆ ਕਿਹੜਾ ਅੱਗੇ ਮਾਨੀ ਬਾਈ? ਇਹ ਜਨਾਬ ਏਰੀਆ ਖਿਲਾਣੇ ਦਾ ਏਰੀਆ, ਖਿਲਾਣੇ ਨਾ, ਠੀਕ ਹੈ। ਜਿੱਧਰ ਅੱਗੇ ਜਾਣੇ ਉਹ ਕਿਹੜਾ ਏਰੀਆ ਹੈ? ਅੱਗੇ ਜਨਾਬ ਹੋਣਾ ਸੀ ਅੱਗੇ ਨੇਜ਼ਾ ਗਲੀ ਆ ਸਿਸਟਮ, ਨੇਜ਼ਾ ਗਲੀ, ਠੀਕ ਹੈ ਜੀ। ਬਾਕੀ ਇਹ ਮੁਸ਼ਕਲ ਰਸਤਾ ਢਲ ਗਿਆ, ਚੱਲਦੇ ਹਾਂ ਅਤੇ ਅੱਗੇ ਚੱਲ ਗਿਆ ਨਾਲ ਨਾਲ ਤੁਹਾਨੂੰ ਦੱਸਣੇ ਹਾਂ। ਬਾਕੀ ਜੀ ਮਾਸ਼ਾਅੱਲਾ, ਮਾਸ਼ਾਅੱਲਾ ਜੀ ਬਹੁਤ ਹੀ ਖੂਬਸੂਰਤ ਜਗ੍ਹਾ ਹੈ, ਇਸੇ ਪਰੋਸੀਆਂ ਬੇੜ ਬੱਕਰੀਆਂ ਜਾਣੀਆਂ ਵੀ ਹਨ, ਠੀਕ ਹੈ। ਲੇਕਿਨ ਇਹ ਕਿ ਮਾਨੀ ਬਾਈ ਕੋਲ ਪੁੱਛਦੇ ਹਾਂ ਕਿ ਜਿਸ ਏਰੀਆ 'ਚ ਇਹ ਆਪਣਾ ਪੱਕਾ ਬਸੇਰਾ ਕਰਨੇ ਉਸ ਜਗ੍ਹਾ ਕਿਆ ਆਖਣੇ? ਉਸਕੇ ਜਨਾਬ ਆਖਣੇ ਸਦਲੀ ਡਨਾ। ਸਦਲੀ ਡਨਾ ਕਿਹੜੇ ਏਰੀਆ, ਕਿਹੜੀ ਜਗ੍ਹਾ ਹੈ ਸਾਹਮਣੇ ਵਜੀਆਂ, ਦੱਸੋ ਮੈਂ ਜ਼ੂਮ ਕਰਾਂ। ਇਹ ਜਨਾਬ ਉਹ ਸਾਹਮਣੇ ਜਿੱਥੇ ਬਰਫ਼ਾਂ ਨਜ਼ਰ ਆਉਣੀਆਂ ਨਾ ਜੀ, ਆ ਇੱਥੇ ਇਹ ਬੁਨ ਹੈ, ਇਹ ਸਦਲੀ ਡਨਾ, ਠੀਕ ਹੈ। ਇਹਨੂੰ ਕੋਲ ਸਾਹਮਣੇ ਪਾਰਲੀ ਸਾਈਡ ਉਸਕੇ ਆਣੇ ਖਾਰਾ ਮੜੂ ਆਖਣੇ, ਠੀਕ ਹੈ। ਅੱਗੇ ਉਸਕੇ ਆਣੇ ਨੇ ਰੱਤਾ ਕਾੜ ਗੱਟੀ, ਠੀਕ ਹੋ ਗਿਆ। ਪਰਲੀ ਸਾਈਡ ਆਈ ਹੈ ਵਾਦੀ ਵਾਲੀ ਭਾਈ, ਠੀਕ ਹੋ ਗਿਆ। ਮਤਲਬ ਤੁਸੀਂ ਉਸ ਦੇ ਪਿੱਛੇ ਥੋੜ੍ਹੇ ਜਾਣੇ, ਅਸਾਂ ਉਸ ਦੇ ਪਿੱਛੇ, ਅਸਾਂ ਉਹਨੇ ਸਦਲੀ ਡਨਾ, ਸਦਲੀ ਡਨਾ ਇਹ ਬੁਨ ਸਾਹਮਣੇ ਜਿਹੜੇ ਨੀਚੇ ਹੈ ਨਾ ਜਾਂ ਤੁਸੀਂ ਆਣੇ ਚਿਨਾਰੀ ਚਕੋਠੀ, ਚਿਨਾਰੀ ਚਕੋਠੀ, ਬਿਲਕੁਲ ਜੀ। ਇਹ ਬਿਲਕੁਲ ਤੁਸੀਂ ਘਰ ਵਗੈਰਾ ਨਜ਼ਰ ਆਉਣੇ ਪਏ ਸਨ, ਇਹ ਚਿਨਾਰੀ ਚਕੋਠੀ ਹੈ, ਠੀਕ ਹੈ। ਬਾਕੀ ਚੱਲਦੇ ਹਾਂ ਅਸਾਂ ਨਾਲ ਨਾਲ ਅੱਗੇ, ਤੁਸੀਂ ਵਿਊ ਵੀ ਚੈੱਕ ਕਰਨੇ ਸੋ, ਮਾਸ਼ਾਅੱਲਾ ਕਿੰਨਾ ਖੂਬਸੂਰਤ ਵਿਊ ਹੈ। ਹਾਂਜੀ ਵੀਵਰਸ, ਅਸਾਂ ਇਸ ਐਪ ਨੂੰ ਸਫ਼ਰ ਕਰਕੇ ਆਉਣੇ ਪਏ ਹਾਂ, ਬੱਕਰੀਆਂ ਦੀਆਂ ਪਿੱਛੇ ਹੀ ਨਲੇ, ਮਾਸ਼ਾਅੱਲਾ ਵਿਊ ਚੈੱਕ ਕਰਨੇ ਸੋ, ਕਿੰਨਾ ਖੂਬਸੂਰਤ ਵਿਊ ਹੈ। ਅਸਮਾਨ ਨੀਲਾ ਨਾਲ ਵਾਈਟ ਵਾਈਟ ਝਾੜ, ਠੀਕ ਹੈ। ਇਸ ਸਾਈਡ ਪਰ ਅਸਾਂ ਅੱਗੇ ਜਾਣਾ ਡੇਰਾ, ਇਸ ਸਾਈਡ ਪਰ ਅੱਗੇ ਲਾਸਾਂ। ਲੇਕਿਨ ਤੁਸੀਂ ਦੱਸਾਂ ਕਿ ਇਸ ਏਰੀਆ 'ਚ ਬਰਫ਼ ਵਗੈਰਾ ਪੈਣੀ ਹੈ, ਕਾਫੀ ਪੈਣੀ ਹੈ, ਲੇਕਿਨ ਹੁਣ ਬਰਫ਼ ਗਲ ਗਈ ਹੈ, ਖਤਮ ਹੋ ਗਈ ਹੈ, ਲੇਕਿਨ ਬਹੁਤ ਠੰਡ ਹੈ ਅਤੇ ਕਈ ਜਗ੍ਹਾ ਪਰ ਥੋੜ੍ਹੀ ਥੋੜ੍ਹੀ ਬਰਫ਼ ਹੈ ਵੈ। ਅਸਾਂ ਜਿਸ ਵੇਲੇ ਸਫ਼ਰ ਸ਼ੁਰੂ ਕੀਤਾ ਅਸਾਂ ਕਿ ਪਹਿਲੀ ਬਰਫ਼ ਮਿਲ ਗਈ ਹੈ, ਇਹ ਚੱਕਰ ਦੱਸੋ ਜੀ। ਇਸ ਪਰ ਭਾਈ ਨਾ ਬਰਫ਼ ਲੋੜੀ ਹੈ,
ਭਾਈ ਇਸ ਸਾਲ ਨਹੀਂ ਬਰਫ਼ ਹੈ ਮੈਂ ਲੇਟ ਗੱਲ ਨਹੀਂ ਪਈ ਹੈ ਬਾਈ ਬਿਲਕੁਲ ਜੀ ਮੈਂ ਰਾਹ ਵਿੱਚ ਮੈਂ ਨਹੀਂ ਪੁੱਛਣਾ ਰਿਹਾ ਮੈਂ ਕਿ ਬਰਫ਼ ਵਗੈਰਾ ਅੱਗੇ ਕੁਥਾ ਉਸੀ ਪਈ ਆਉਣੇ ਕੁਛ ਨਾ ਕੁਛ ਸਾਹੀਲੀ ਜਗ੍ਹਾ ਪਰ ਬਰਫ਼ ਉਸ ਜਿੱਥੇ ਧੁੱਪ ਘੱਟ ਲੱਗਣੀ ਹੈ ਜਿੱਥੇ ਜਲਦੀ ਨਹੀਂ ਗੱਲ ਨਹੀਂ ਲੇਕਿਨ ਅੱਗੇ ਥੋੜ੍ਹੀ ਜਿਹੀ ਬਰਫ਼ ਪਈ ਸੀ ਇੱਥੇ ਗਲੀ ਕੋਈ ਨਹੀਂ ਅਤੇ ਬਾਕੀ ਹੁਣ ਅਸਾਂ ਨਾਲ ਅੱਗੇ ਅੱਗੇ ਚੱਲਦੇ ਹਾਂ ਇਹ ਤੱਕ ਸੋ ਵਿਊ ਕਿੱਦਾਂ ਪਿਆਰਾ ਹੈ ਬਾਕੀ ਦੱਸਾਂਗੇ ਇਸ ਏਰੀਏ 'ਚ ਕਾਫੀ ਜੜੀ ਬੂਟੀਆਂ ਐਸੀਆਂ ਜਿਹਨਾਂ ਮਤਲਬ ਦੇਸੀ ਜੜੀ ਬੂਟੀਆਂ ਜਿਹੜੀਆਂ ਬਿਮਾਰੀਆਂ ਦੀ ਸ਼ਿਫਾ ਹੋਣੀ ਹੈ ਜਿਸਦੇ ਵਿੱਚ ਇੱਕ ਜੜੀ ਬੂਟੀ ਇਹ ਸਾਹਮਣੇ ਆ ਜਿਹੜੇ ਪੱਤਰ ਨਹੀਂ ਪਹਾੜਾਂ ਵਿੱਚ ਹੋਣੇ ਨੇ ਖਾਸ ਤੌਰ ਉੱਪਰ ਅਤੇ ਮੈਦੇ ਵਾਸਤੇ ਮੈਦੇ 'ਚ ਗਰਮੀ ਹੋਵੇ ਤਾਂ ਜਾਂ ਕੋਈ ਜ਼ਖਮ ਹੋਵੇ ਉਸ ਪਰ ਲਾਉਣ ਵਾਸਤੇ ਤਾਂ ਮੈਦੇ 'ਚ ਗਰਮੀ ਹੋਵੇ ਤਾਂ ਕਾਹਵਾ ਬਣਾ ਕੇ ਪੀਣ ਵਾਸਤੇ ਬਹੁਤ ਜ਼ਬਰਦਸਤ ਹੈ ਠੀਕ ਹੈ ਇਨਸ਼ਾਅੱਲਾ ਇਹ ਵੀ ਮੈਂ ਘਰ ਖੜਸਾਂ ਇੱਥੋਂ ਅੱਗੇ ਵੀ ਆਉਣੇ ਉਸੀ ਉੱਥੋਂ ਹਮੇਸ਼ਾ ਆਪਣੇ ਪੈਕ ਕਰ ਰਹੇ ਖੜਸਾਂ ਤਕਰੀਬਨ 4-5 ਕਿਸਮ ਦੀਆਂ ਜੜੀ ਬੂਟੀਆਂ ਜਿਹੜੀਆਂ ਨੇ ਉਹ ਆਉਣੇ ਲੱਗ ਗਿਆ ਅਸੀਂ ਮਿਲਸਨ ਤਾਂ ਮੈਂ ਕਿਹਾ ਕਿ ਚਲੋ ਇਸੇ ਬਹਾਨੇ ਥੋੜ੍ਹੀ ਥੋੜ੍ਹੀ ਜੜੀ ਬੂਟੀਆਂ ਮੈਂ ਨਾਲ ਲੈ ਜਾ ਸਕਾਂ ਕਿਉਂਕਿ ਮੈਂ ਇੱਧਰ ਆਏ ਅਜੇ ਹਾਂ ਤਾਂ ਇੰਨਾ ਕਿ ਤਾਂ ਚਲੋ ਇੱਥੇ ਰਸਤੇ ਲੱਭਣੀਆਂ ਜਿਹੜੀਆਂ ਦੱਸਾਂ ਕਿ ਤਾਂ ਕਿੱਦਾਂ ਕਿੱਦਾਂ ਲੱਭਣੀਆਂ ਤਾਂ ਮੈਂ ਇਹ ਜੜੀ ਬੂਟੀਆਂ ਆਪਣੇ ਘਰ ਹੀ ਨਿਕਾ ਜਾਸਾਂ ਜਿਹੜਾ ਦੇਸੀ ਖੁਰਾਕਾਂ ਹੋਣੀਆਂ ਉਹ ਨਾਲ ਬੰਦਾ ਜਲਦੀ ਠੀਕ ਹੋ ਜਾਏ ਬਾਕੀ ਇਸੇ ਉੱਪਰ ਸਫ਼ਰ ਕਰਕੇ ਅਸੀਂ ਉੱਪਰ ਚੱਲਦੇ ਹਾਂ ਟੋਪ ਪਰ ਕਿਉਂਕਿ ਬਹੁਤ ਦਿਨ ਹੋ ਗਏ ਨੇ ਵੀਡੀਓ ਵਗੈਰਾ ਦਾ ਬੜਾ ਮਸਲਾ ਬਣਦਾ ਹੈ ਵੀਡੀਓ ਵਗੈਰਾ ਅਪਲੋਡ ਨਹੀਂ ਹੋਣੀਆਂ ਪਈਆਂ ਅਤੇ ਵੀਡੀਓ ਅਪਲੋਡ ਕਰਨੀਆਂ ਚੈੱਕ ਕਰਨੇ ਆ ਕਿ ਸਰਵਿਸ ਹੈ ਕੋਈ ਨਹੀਂ ਨੈੱਟ ਵਗੈਰਾ ਚਲਾਉਣਾ ਅਤੇ ਉੱਪਰ ਚੱਲਦੇ ਹਾਂ ਬਾਕੀ ਵਿਊ ਬਹੁਤ ਪਿਆਰਾ ਹੱਥਾਂ ਆਣ ਗਿਆ ਪੈਸੇ ਪੂਰੇ ਹੋ ਜਾਣੇ ਅੱਛਾ ਕਰਨ ਸੋ ਬਾਕੀ ਇਸੇ ਉੱਪਰ ਬੱਕਰੀਆਂ ਵਗੈਰਾ ਆਉਣੀਆਂ ਪਈਆਂ ਜਿਹੜੀਆਂ ਪਿੱਛੇ ਰਹਿ ਗਈਆਂ ਸਨ ਕਾਫੀ ਸਾਹ ਚੜ ਗਿਆ ਕਾਫੀ ਖਤਰੇ ਏਰੀਆ ਅਸਾਂ ਉੱਪਰੇ ਉੱਪਰੇ ਦੰਦੇ ਜਾਣੇ ਪਿਆ ਰਸਤਾ ਨੀਚੇ ਵੀ ਆਇਆ ਸੀ ਲੇਕਿਨ ਬੱਕਰੀਆਂ ਇੱਧਰ ਉੱਪਰ ਸੈਂਸ ਜਦੋਂ ਅਸਾਂ ਉੱਪਰੇ ਜਾਣੇ ਪਿਆ ਮਾਸ਼ਾਅੱਲਾ ਦਰਖਤ ਕਰਨੇ ਸੋ ਕਿਤਨਾ ਖੂਬਸੂਰਤ ਹਨ ਕਿਤਨਾ ਖੂਬਸੂਰਤ ਵਿਊ ਹੈ ਪਹਾੜ ਸੌਂ ਤੱਕ ਜਿਹੜੀ ਪਹਾੜੀਆਂ ਪਰ ਬਰਫ਼ ਪਈ ਹੈ ਮਾਸ਼ਾਅੱਲਾ ਅਸਾਂ ਦੀ ਜਗ੍ਹਾ ਹੋਈ ਹੈ ਉੱਥੇ ਪਾਰ ਬਰਫ਼ ਠੀਕ ਹੈ ਮਾਸ਼ਾਅੱਲਾ ਚੱਕਣ ਸੀ ਕਿਤਨੀ ਖੂਬਸੂਰਤ ਜਗ੍ਹਾ ਹੈ ਬਰਫ਼ ਪਈ ਉਹਦੇ ਤਾਂ ਕਾਫੀ ਠੰਡ ਸੀ ਬਾਕੀ ਇਹ ਚੱਕਰ ਨੇ ਸੋ ਜੀ ਅਸਾਂ ਇਸ ਐਪ ਚੱਲਦੇ ਹਾਂ ਉੱਪਰ ਅੱਗੇ ਕਿਸੇ ਜਗ੍ਹਾ ਜਗ੍ਹਾ ਸਟੇ ਕਰ ਸਾਂ ਬੱਕਰੀਆਂ ਪਿੱਛੇ ਬੰਦੇ ਆਏ ਨਾਲੇ ਜਿਹੜੇ ਨਿਗਾਹ ਸਨ ਮਾਸ਼ਾਅੱਲਾ ਵਿਊ ਚੱਕਰ ਨੇ ਸੋ ਜਿਸ ਐਪ ਅਸਾਂ ਗੁਜ਼ਰਗਾ ਆਏ ਕਿਤਨਾ ਖੂਬਸੂਰਤ ਵਿਊ ਹੈ ਅੱਛਾ ਕਰਨੇ ਸੋ ਮਾਸ਼ਾਅੱਲਾ ਜੀ ਤਕਣਾ ਸੋ ਕਿਤਨਾ ਖੂਬਸੂਰਤ ਕਾਹ ਲੱਗਣਾ ਪਿਆ ਅਤੇ ਬੱਕਰੀਆਂ ਦਾ ਚਿਹਰਾ ਵੀ ਬਹੁਤ ਪਿਆਰਾ ਇੱਥੇ ਇਸ ਐਪ ਉੱਪਰ ਵੀ ਬੱਕਰੀਆਂ ਚੱਲੀਆਂ ਪਈਆਂ ਉੱਪਰ ਚੱਲਦੇ ਹਾਂ ਗੱਪ ਸ਼ੱਪ ਹੋਣੀ ਹੈ ਸਭ ਬਹੁਤ ਚੜਿਆ ਕਿਆ ਆਖਣਾ ਚਾਹੁੰਦੇ ਹੋ ਆਵੇ ਬਾਈ ਅਸਾਂ ਤਾਂ ਪਹਿਲੇ ਆ ਗਏ ਨਿੰਦਰ ਆ ਗਈ ਹੈ ਹੁਣ ਕਿਆ ਕਰੀਏ ਜੀ ਮੌਸਮ ਇਸ 'ਤੇ ਜਾਣਾ ਨਿੰਦਰ ਆਫਸੀਨ ਹੋਰ ਸੁਣਾਓ ਕੀ ਹਾਲ ਹੈ ਠੀਕ ਓ ਬਾਰ ਬਾਰ ਬੰਦਾ ਸਲਿਪ ਹੋਣਾ ਹੋਰ ਸੁਣਾਓ ਮਾਸ਼ਾਅੱਲਾ ਜੀ ਕਾਫੀ ਖੂਬਸੂਰਤ ਏਰੀਆ ਅੱਗੇ ਅੱਗੇ ਚੱਲ ਸਾਂ ਹੋਰ ਇਸ ਤੋਂ ਖੂਬਸੂਰਤ ਜਗ੍ਹਾ ਨਜ਼ਰ ਆਫਸਨ ਇਹੀ ਗੱਲ ਹੈ ਫੁੱਲ ਛੁੱਲ ਨਿੰਦਰ ਲੱਗੇ ਠੀਕ ਹੋ ਗਿਆ ਬਾਕੀ ਸਾਹਿਬ ਪਰ ਬੈਕ ਸਾਹਿਬ ਕਿਹੜਾ ਏਰੀਆ ਨਜ਼ਰ ਆਵੇਗਾ ਨਿਜ਼ਾ ਗਲੀ ਠੀਕ ਹੋ ਗਿਆ ਚਲੋ ਜੀ ਚੱਲਦੇ ਹਾਂ ਅੱਗੇ ਨਿਜ਼ਾ ਗਲੀ ਗੰਗਾ ਚੁੱਟੀ ਵੀ ਤੁਸੀਂ ਦੱਸਾਂਗੇ ਮਾਸ਼ਾਅੱਲਾ ਜੀ ਖੂਬਸੂਰਤ ਜਗ੍ਹਾ ਪਰ ਆਏ ਹਾਂ ਅਸਾਂ ਇਸ ਐਪ ਪਰ ਅਸੀਂ ਨਾਸ਼ਤੇ ਕਰਨੀ ਹੈ ਅਸਾਂ ਨੇ ਖੋਤੇ ਵਗੈਰਾ ਇਹ ਐਚਾ ਕਰਨੇ ਸੋ ਇਬਰਾਹਿਮ ਬਾਈ ਸ਼ਕੂਰ ਬਾਈ ਅਤੇ ਨਾਲ ਅਮਜਿਤ ਬਾਈ ਖੋਤੇ ਵਗੈਰਾ ਇਸ ਇੰਨੀ ਗਾ ਇਸ ਐਪ ਨੀਚੇ ਜਾ ਰਹੇ ਦਰਖਤਾਂ ਨੇ ਸਾਰੇ ਥੋੜ੍ਹਾ ਡੇਰਾ ਲਾਸਨ ਇਹ ਐਚਾ ਕਰਨੇ ਸੋ ਇਹ ਪਰਲੇ ਦਾ ਫਿਰ ਗਾਏ ਅਸਾਂ ਸ਼ਾਰਟ ਆਏ ਹਾਂ ਇਹ ਖੋਤੇ ਜਾਣੇ ਪੈਣ ਠੀਕ ਹੈ ਅਮਜਿਤ ਬਾਈ ਕੁੱਥੇ ਰਸਤੇ ਰਹਿ ਗਏ ਮਹਿਲ 'ਚ ਨਾਲ ਕੋਈ ਨਹੀਂ ਮਾਸ਼ਾਅੱਲਾ ਜੀ ਬਹੁਤ ਹੀ ਖੂਬਸੂਰਤ ਜਗ੍ਹਾ ਪਰ ਪਹੁੰਚਾਏ ਹਾਂ ਉਹ ਨੀਚਲ ਸਾਈਡ ਦਾ ਸਾਨੂੰ ਕੈਂਪ ਸ਼ੈਂਪ ਲਗਾਏਗਾ ਕਿਉਂਕਿ ਦਰਖਤ ਉੱਧਰ ਘਣੇ ਨੇ ਤਾਂ ਵਿਊ ਬਹੁਤ ਪਿਆਰਾ ਵਾ ਅੱਜ ਜਿੱਥੇ ਨਾਸ਼ਤੇ ਕਰਸਾਂ ਇੱਥੇ ਸਰਦੀ ਵੀ ਕਾਫੀ ਹੋਸੀ ਕਹਿਣੇ ਜਾਬਤ ਬਈ ਸਰਦੀ ਹੋਵੇਗੀ ਜ਼ਿਆਦਾ ਸਰਦੀ ਹੋਸੀ ਉਹ ਬਰਫ਼ ਨੀਚੇ ਤੱਕ ਕੀ ਹੈ ਥੋੜ੍ਹੀ ਜੀ
ਸ਼ੌਂਕ ਸਾਹਿਬ ਤੋਂ ਉਹ ਜਗ੍ਹਾ ਤੱਕ ਉਸ ਜਗ੍ਹਾ ਤੱਕ ਹੋਰ ਪਿੱਛੇ ਪਿੱਛੇ ਸੀ ਨਾ ਉਹ ਥੋੜ੍ਹੀ ਜਿਹੀ ਅਸਾਂ ਖਾ ਖਾਂ ਉਹ ਥੋੜ੍ਹੀ ਜਿਹੀ ਅਸਾਂ ਤੱਕੀ ਹੈ ਲੇਕਿਨ ਉਹ ਗੱਲ ਨਹੀਂ ਪਈ ਹੈ ਨਾ ਗਰਮੀ ਆ ਨਾ ਬਾਕੀ ਜੀ ਅਸਾਂ ਇੱਥੇ ਸਟੇਅ ਕਰਸਾਂ ਰੈਸਟ ਵੇ ਕਰਸਾਂ ਇਸ ਸਾਈਡ ਪਰ ਤੋਂ ਹਾਂਜੀ ਕੀ ਹਾਲ ਹੈ ਠੀਕ ਹੋ ਸੱਚ ਠੀਕ ਹੈ ਨਿੰਦਰ ਆਈ ਹੈ ਬਾਕੀ ਜੀ ਹੁਣ ਅਸਾਂ ਇੱਥੇ ਰੈਸਟ ਕਰਨੇ ਹਾਂ ਮਾਸ਼ਾਅੱਲਾ ਜਗ੍ਹਾ ਕਾਫੀ ਖੂਬਸੂਰਤ ਹੈ ਪਾਰ ਬਰਫ ਨਹੀਂ ਦੱਸਣੇ ਹਾਂ ਮਾਸ਼ਾਅੱਲਾ ਹਾਲੇ ਵੀ ਬਰਫ ਹੈ ਉੱਥੇ ਹੁਣ ਗੱਲ ਨਹੀਂ ਪਈ ਹੈ ਕਿਉਂਕਿ ਧੁੱਪਾਂ ਪੈਣੀਆਂ ਪਈਆਂ ਹੁਣ ਬਰਫ ਗੱਲ ਨਹੀਂ ਪਈ ਹੈ ਚੱਕਰ ਨੇ ਸੋ ਇਹ ਬਰਫ ਵਗੈਰਾ ਪਈ ਹੈ ਪਾਰ ਕਿਹੜੀ ਜਗ੍ਹਾ ਹੈ ਇਹ ਪਾਰ ਪਿਰਕੱਠੀ ਪਿਰਕੱਠੀ ਅੱਛਾ ਪਿਰਕੱਠੀ ਦਾ ਦਰਬਾਰ ਵੀ ਹੈ ਜਿੱਥੇ ਅਸਾਂ ਗਿਆ ਸਾਂ ਉਹ ਜਿਹੜੀ ਉਹ ਮੈਂ ਜਗ੍ਹਾ ਤਾਂ ਕੀ ਹੈ ਇਹ ਇਸ ਐਪ ਤੁਸੀਂ ਦੱਸਾਂ ਐ ਤੱਕ ਨੇ ਸੋ ਬਰਫ ਮਾਸ਼ਾਅੱਲਾ ਇੰਨਾ ਸਫ਼ਰ ਕਰੇਗਾ ਉੱਥੇ ਜਾਣਾ ਤੇ ਉਹ ਦਰਬਾਰ ਮੈਂ ਚੈੱਕ ਕੀਤੀ ਹੈ ਉਸਦੇ ਕੋਲ ਗੁਜ਼ਰ ਗਏ ਹਾਂ ਅਸਾਂ ਨਹੀਂ ਵਾਕਈ ਅੱਜ ਮੌਸਮ ਚੇਂਜ ਹੋਣਾ ਪਿਆ ਇੱਥੇ ਕਹਿੰਦੇ ਸਰਦੀ ਜ਼ਿਆਦਾ ਸੀ ਬੜੀ ਸਰਦੀ ਸੀ ਅੱਛਾ ਅੱਛਾ ਠੀਕ ਹੋ ਗਿਆ ਹਾਂਜੀ ਵੀਵਰਸ ਉਸ ਸਾਈਡ ਪਰ ਬੱਕਰੀਆਂ ਵਗੈਰਾ ਛੁੱਟੀਆਂ ਛਾਂ ਵਿੱਚ ਬਿਠਾਈਆਂ ਤਾਂ ਬਾਕੀ ਦੋਸਤ ਵਗੈਰਾ ਰੈਸਟ ਕਰਨੇ ਪਏ ਬਾਕੀ ਅਸਾਂ ਕੈਂਪ ਵਗੈਰਾ ਇਸ ਸਾਈਡ ਪਰ ਨੀਚੇ ਵਾਲੀ ਜਗ੍ਹਾ ਲਾਸਾਂ ਇਹ ਚੱਕਣੇ ਸੋ ਜਿਹੜੇ ਉੱਥੇ ਸਮਾਨ ਵਗੈਰਾ ਲਾ ਛੁੜਿਆ ਅਤੇ ਮੇਰੇ ਹਾਲੇ 'ਚ ਸੌ ਗਏ ਰੈਸਟ ਕਰਨੇ ਪਏ ਮਾਸ਼ਾਅੱਲਾ ਵਿਊ ਚੱਕਣੇ ਸੋ ਕਿਤਨਾ ਪਿਆਰਾ ਵਿਊ ਨਜ਼ਰ ਆ ਪਿਆ ਸੀ ਤੁਸੀਂ ਅਸਾਂ ਇਸ ਸਾਈਡ ਪਰ ਆਏ ਹਾਂ ਮੈਂ ਤਾਂ ਇਰਫਾਨ ਬਾਈ ਇੱਧਰ ਚਸ਼ਮਾ ਮੈਂ ਪਾਣੀ ਵਗੈਰਾ ਪੀਸਾਂ ਨਾਲੇ ਉਸ ਸਾਈਡ ਪਰ ਨੱਕੀ ਪਰ ਉੱਪਰ ਸਰਵਿਸ ਚੈੱਕ ਕਰ ਸਾਂ ਕਿਉਂਕਿ ਨੈੱਟ ਨੇ ਸਰਵਿਸ ਬਿਲਕੁਲ ਕੋਈ ਨਹੀਂ ਅਤੇ ਨੈੱਟ ਬਹੁਤ ਜ਼ਰੂਰੀ ਚਾਹੀਦਾ ਵੀਡੀਓ ਅਪਲੋਡ ਕਰਨ ਵਾਸਤੇ ਠੀਕ ਹੈ ਅਤੇ ਬਾਕੀ ਚੱਲਦੇ ਹਾਂ ਪਹਿਲੇ ਤਾਂ ਸਾਡੇ ਚੱਲ ਗਏ ਚਸ਼ਮੇ ਪਾਣੀ ਪੀਣੇ ਆ ਫਿਰ ਮੁੜ ਗਿਆ ਇੱਧਰ ਉੱਪਰ ਲੈ ਕੇ ਉੱਥੇ ਸਰਵਿਸ ਚੈੱਕ ਕਰਨੇ ਆ ਮਾਸ਼ਾਅੱਲਾ ਵਿਊ ਬਹੁਤ ਪਿਆਰਾ ਜਿਸ ਏਰੀਏ 'ਚ ਅਸਾਂ ਸਟੇਅ ਕੀਤੀ ਹੈ ਅੱਜ ਬਾਕੀ ਚੱਲਦੇ ਹਾਂ ਨੀਚੇ ਬਾਕੀ ਜੀ ਇਹ ਚਸ਼ਮਾ ਵਾ ਇਸ ਸਾਈਡ ਪਰ ਅਸਾਂ ਆਏ ਹਾਂ ਪਾਣੀ ਹੀ ਪੀਣੇ ਵਾਸਤੇ ਪਾਣੀ ਪੀ ਗਏ ਫਿਰ ਅਸਾਂ ਉੱਪਰ ਚੱਲਦੇ ਹਾਂ ਇੱਧਰ ਹਾਂਜੀ ਵੀਵਰਸ ਨੈੱਟ ਨੇ ਸਰਵਿਸ ਚੈੱਕ ਕਰਨ ਵਾਸਤੇ ਗਏ ਸਾਂ ਪਾਣੀ ਵਗੈਰਾ ਪੀਤਾ ਚਸ਼ਮੇ ਨਾਲ ਤਾਂ ਉੱਪਰ ਗਏ ਨੈੱਟ ਨੇ ਸਰਵਿਸ ਚੈੱਕ ਕੀਤੀ ਨੈੱਟ ਨੇ ਸਰਵਿਸ ਬਿਲਕੁਲ ਹੀ ਕੋਈ ਨਹੀਂ ਕਾਲ ਨਹੀਂ ਸਰਵਿਸ ਹੈ ਲੇਕਿਨ ਨੈੱਟ ਨੇ ਸਰਵਿਸ ਕੋਈ ਤਾਂ ਬਾਕੀ ਮਾਯੂਸ ਹੋ ਗਿਆ ਵਾਪਸ ਜਾ ਰਹੇ ਹਾਂ ਠੀਕ ਹੈ ਅਤੇ ਚੱਲਦੇ ਹਾਂ ਨੀਚੇ ਨੀਚੇ ਚੱਲ ਗਿਆ ਰੈਸਟ ਕਰਨੇ ਹਾਂ ਸਹਿਣੇ ਹਾਂ ਕਿਉਂਕਿ ਕਾਫੀ ਥਕਾਵਟ ਹੋ ਗਈ ਹੈ ਅੱਜ ਕਾਫੀ ਸਫ਼ਰ ਤੈਅ ਕੀਤਾ ਅਤੇ ਨੇਚਰ ਸਾਈਡ ਇੱਧਰ ਅਸਾਂ ਜਿੱਥੇ ਨਾਈਟ ਸਟੇ ਕਰਨੀ ਹੈ ਕੈਂਪ ਸ਼ੈਂਪ ਲਾਉਣਾ ਉੱਥੇ ਚੱਲ ਗਿਆ ਜਿਸ ਤਰ੍ਹਾਂ ਆਪਾਂ ਲੇਟ ਰਹੇ ਹਾਂ ਫਿਰ ਤੁਸਾਂਗੀ ਸ਼ਾਮ ਹੀ ਆਪਣੀ ਰੋਟੀ ਦੱਸਾਂਗੇ ਹੁਣ ਅਸਾਂ ਰੈਸਟ ਕਰਸਾਂ ਸ਼ਾਮ ਹੀ ਉਸ ਸਾਈਡ ਪਰ ਚਲਾਂਗੇ ਤਾਂ ਕਹਾਂਗੇ ਕੋਸ਼ਿਸ਼ ਕਰਸਾਂਗੇ ਉੱਧਰ ਸਰਵਿਸ ਲੱਭ ਜਾਏ ਅਤੇ ਵੀਡੀਓ ਅਪਲੋਡ ਹੋ ਜਾਏ ਚਲੋ ਬਾਕੀ ਚੱਲਦੇ ਹਾਂ ਨੀਚੇ ਚੱਲ ਗਿਆ ਇਸ ਸਾਈਡ ਪਰ ਰੈਸਟ ਕਰਦੇ ਹਾਂ ਇਸ ਸਾਈਡ ਪਰ ਦੱਸੋ ਵਿਊ ਬਹੁਤ ਪਿਆਰਾ ਹੈ ਨੀਚੇ ਉਤਰਾਈ ਹੈ ਅਤੇ ਟੁੱਟ ਟੁੱਟ ਕੇ ਬਸ ਹੋ ਗਈ ਹੈ ਹਾਂਜੀ ਵੇਵਰਸ ਹੈ ਕਾਫੀ ਦੇਰ ਉੱਥੇ ਰੈਸਟ ਕਰਨ ਤੋਂ ਬਾਅਦ ਹੁਣ ਅਸਾਂ ਇੱਥੇ ਟਾਪ ਪਹਾੜੀ ਹੈ ਇੱਕ ਘੰਟੇ ਨਾਲ ਪੈਦਲ ਸਫ਼ਰ ਕਰ ਗਿਆ ਉੱਪਰ ਆਏ ਹਾਂ ਮੈਂ ਤਾਂ ਸ਼ਕੂਰ ਬਾਈ ਇਸ ਸਾਈਡ ਪਰ ਸ਼ਕੂਰ ਬਾਈ ਬੈਠੇ ਅਤੇ ਮੈਂ ਤਾਂ ਸ਼ਕੂਰ ਬਾਈ ਆਏ ਸਾਂ ਵੀਡੀਓ ਅਪਲੋਡ ਕਰਨ ਵਾਸਤੇ ਕਿਉਂਕਿ ਇਸ ਨੇਚਰਲ ਏਰੀਏ 'ਚ ਸਰਵਿਸ ਵਗੈਰਾ ਕੋਈ ਨਹੀਂ ਇਸ ਕੰਮ ਨਹੀਂ ਵੀ ਜ਼ੋਂਗ ਨਹੀਂ ਵੀ ਕੋਈ ਸਰਵਿਸ ਨਹੀਂ ਨੈੱਟ ਨਹੀਂ ਵੈਸੇ ਕਾਲ ਲੱਗ ਜਾਣੀ ਹੈ ਲੇਕਿਨ ਇਸ ਕੰਮ ਪਰੋਂ ਲੇਕਿਨ ਸਰਵਿਸ ਨੈੱਟ ਨਹੀਂ ਕੋਈ ਨਹੀਂ ਤਾਂ ਅਸਾਂ ਸੋਚਿਆ ਕਿ ਟਾਪ ਪਰ ਚੱਲਦੇ ਹਾਂ ਇਸ ਸਾਈਡ ਪਰ ਟਾਪ ਪਹਾੜੀ ਹੈ ਇੱਥੋਂ ਬਾਗ ਨਾਲ ਏਰੀਆ ਨਜ਼ਰ ਆਉਣਾ ਮੁਕੰਮਲ ਗੰਗਾ ਚੋਟੀ ਨਜ਼ਰ ਆਉਣੀ ਹੈ ਇੱਥੇ ਆਉਣ ਗਿਆ ਨੈੱਟ ਚੈੱਕ ਕੀਤਾ ਬਿਲਕੁਲ ਸਰਵਿਸ ਕੋਈ ਤਾਂ ਬੜੀ ਮਾਯੂਸੀ ਹੋਈ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਅਸਾਂ ਵੀਡੀਓ ਵਗੈਰਾ ਅਪਲੋਡ ਨਹੀਂ ਸੁਣਾਉਣੀਆਂ ਪਈਆਂ ਅਤੇ ਤੁਸੀਂ ਜਿਹੜੀ ਇਹ ਵੀਡੀਓ ਹੈ ਇਹ ਜਿਹੜਾ ਤੱਕ ਸੋ ਉਸ ਟਾਈਮ ਤਾਂ ਅਸਾਂ ਘਰ ਪੁੱਜ ਗਏ ਸਾਂ ਕਿਉਂਕਿ ਵੀਡੀਓ ਅਸਾਂ ਕੋਲ ਕਾਫੀ ਸੇਵ ਹੋ ਗਈਆਂ ਨਾ ਕਰਨੇ 10 ਵੀਡੀਓ ਅਸਾਂ ਕੋਲ ਸੇਵ ਹੋ ਗਈਆਂ ਤਾਂ ਉਹ ਵੀਡੀਓ ਪਿਛਲੀਆਂ ਅਪਲੋਡ ਨਹੀਂ ਹੋਣੀਆਂ ਪਈਆਂ ਤਾਂ ਇੱਥੇ ਆਏ ਹਾਂ ਸਰਵਿਸ ਕੌਣ ਸੀ ਤਾਂ ਹੁਣ ਵਾਪਸ ਜਾਣੇ ਪਏ ਸਾਂ ਅਤੇ ਸ਼ਕੂਰ ਬਾਈ ਆਖਿਆ ਕਿ ਇਸ ਏਰੀਏ 'ਚ ਵੈਸੇ ਵੀ ਇਰਫਾਨ ਬਾਈ ਵੀ ਬਾਣੇ ਸਨ ਕਿ ਇਸ ਏਰੀਏ 'ਚ ਕਾਫੀ ਜੜੀ ਬੂਟੀਆਂ ਜਿਹੜੀ ਦੇਸੀ ਕੋਈ ਬਿਮਾਰੀ ਹੋਵੇ ਉਸਨੇ ਇਲਾਜ ਵਾਸਤੇ ਕੰਮ ਆਉਣੀਆਂ ਤਾਂ ਇੱਥੇ ਇੱਕ ਅਸਾਂ ਜੜੀ ਬੂਟੀ ਤੱਕੀ ਹੈ ਇਸ ਟਾਪ ਵਿਊ ਪੁਆਇੰਟ ਪਰ ਇਹ ਜਿਹੜਾ ਏਰੀਆ ਹੋਇਆ ਨਾ
ਪਹਿਲੇ ਤੁਸੀਂ ਦੱਸਣਾ ਕਿ ਅਸਾਂ ਉਹ ਨੇਚਰ ਏਰੀਏ ਤੋਂ ਉੱਪਰ ਆਏ ਹਾਂ ਇਸ ਜਗ੍ਹਾ ਤੋਂ, ਇਸ ਦੀਆਂ ਬੱਕਰੀਆਂ ਵਾਲੇ ਚਰਨੀਆਂ ਵੀ ਅਸੀਂ ਤੱਕਣੇ ਪਿੱਛੋਂ, ਠੀਕ ਹੈ। ਇਸ ਨੇਚਰ ਏਰੀਏ 'ਚੋਂ ਅਸਾਂ ਇੱਥੇ ਉੱਪਰ ਆਏ ਹਾਂ ਅਤੇ ਇਹ ਟਾਪ ਪਹਾੜੀ ਹੈ ਉਹ ਪਾਰ ਸਾਹਮਣੇ ਪੀਰ ਕੰਠੀ ਦਰਬਾਰ ਹੈ, ਇਹ ਚੱਕਰ ਨਸ਼ਾ ਇੱਥੇ ਉੱਪਰ। ਅਤੇ ਨਾਲ ਇਸਨੇ ਤਕਣੇ ਸੋ ਬਰਫ਼ ਗਲਨੀ ਪਈ ਹੈ ਹੁਣ, ਕਿਉਂਕਿ ਧੁੱਪਾਂ ਵਗੈਰਾ ਸ਼ਦੀਦ ਪੈਣੀਆਂ ਦਿਨਗੀ ਤਾਂ ਬਰਫ਼ ਵਗੈਰਾ ਗਲਨੀ ਪਈ ਹੈ। ਇੱਥੇ ਟਾਪ ਪਹਾੜੀ ਪਰ ਆਏ ਹਾਂ, ਠੀਕ ਹੈ। ਇਸ ਸਾਈਡ ਪਰ ਕਾਫ਼ੀ ਧੁੱਪ ਪੈਣੀ ਪਈ ਹੈ, ਇਸ ਪਹਾੜੀ ਤੋਂ ਪਿੱਛੇ ਗਏ ਸਾਂ ਪਰਲੇ ਪਾਸੇ। ਇਸ ਸਾਈਡ ਨਾਲ ਵੀ ਤੁਸੀਂ ਵਿਜ਼ਿਟ ਕਰਾਉਣੇ ਹਾਂ, ਮਾਸ਼ਾਅੱਲਾ ਕਾਫ਼ੀ ਖੂਬਸੂਰਤ ਵਿਊ ਹੈ। ਅੱਜ ਕੋਈ ਥੋੜ੍ਹਾ ਕਲਾਊਡ ਹੈ, ਮਤਲਬ ਧੁੰਦ ਸ਼ੁੰਦ ਪਈ ਹੈ ਥੋੜ੍ਹੀ ਜਿਹੀ। ਤਾਂ ਇਸ ਸਾਈਡ ਪਰ ਸ਼ਕੂਰ ਬਾਈ ਕੋਈ ਜੜੀ ਬੂਟੀ ਅਸਾਂ ਵਾਸਤੇ ਪੱਟਣੇ ਪੈਣ। ਹਾਂਜੀ, ਕੀ ਹਾਲ ਹੈ ਜੀ? ਠੀਕ ਹੋ ਸੀ? ਠੀਕ ਹੈ। ਇਹ ਵਾਲੀ ਜੜੀ ਬੂਟੀ ਹੈ ਜਿਹੜੀ, ਇਹ ਫੁੱਲਣ, ਇਹ ਜੜੀ ਬੂਟੀ ਹੈ ਦੇਸੀ, ਅਤੇ ਇਸ ਨਾਲ ਕਾਹਵਾ ਬਣਾ ਕੇ ਪੀਓ ਅਤੇ ਆਰਾਮ ਆ ਜਾਣਾ। ਕਿਹੜੀ ਬਿਮਾਰੀ ਨੇ ਆਰਾਮ ਆਉਣਾ ਇਹ ਸ਼ਕੂਰ ਬਾਈ ਦੱਸਣਗੇ। ਹਾਂਜੀ, ਕਿਹੜੀ ਕਿਹੜੀ ਬਿਮਾਰੀ ਵਾਸਤੇ ਕੰਮ ਆਉਣੀ? ਮੈਦੇ ਵਾਸਤੇ ਵੀ ਠੀਕ ਹੋਣੀ ਹੈ। ਮੈਦੇ ਮਤਲਬ ਪ੍ਰੋਬਲਮ ਹੋਇਆ, ਪ੍ਰੋਬਲਮ ਹੋਇਆ। ਠੀਕ। ਨਾਫ ਵਾਸਤੇ, ਨਾਫ ਮਤਲਬ ਨਾੜ, ਨਾੜ ਲੱਕੇ ਨਾਲ ਦਰਦ ਹੋਵੇ ਉਸਨੇ ਵਾਸਤੇ ਵੀ ਚਾਹ ਬਣਾ ਕੇ ਤੁਸੀਂ ਇਸਤੇਮਾਲ ਕਰ ਸਕਦੇ। ਪੱਤੀ ਨਹੀਂ ਜਗ੍ਹਾ, ਪੱਤੀ ਨਹੀਂ ਜਗ੍ਹਾ। ਠੀਕ ਹੈ ਜੀ, ਬਿਲਕੁਲ ਜੀ। ਇਹ ਇੱਕ ਜੜੀ ਬੂਟੀ ਹੈ, ਲੇਕਿਨ ਇਹ ਤਰੀਆਂ ਬਿਮਾਰੀਆਂ ਦਾ ਇਲਾਜ ਕਰਨੀ ਹੈ। ਇੱਕ ਲੱਕੇ ਨਾਲ ਦਰਦ, ਠੀਕ ਹੈ। ਦੂਸਰਾ ਨਾੜ, ਨਾੜ ਹੋਵੇ ਕਿਸੇ ਬੰਦੇ ਦੀ, ਨਾੜ ਹੋ ਜਾਣਾ, ਠੀਕ ਹੈ ਉਸ ਵਾਸਤੇ। ਤਰੀ ਕਿਹੜੀ ਸੀ? ਤਰੀ ਬਿਮਾਰੀ ਕਿਹੜੀ ਸੀ? ਨਾੜ, ਲੱਕੇ ਦਰਦ, ਲੱਕੇ ਨਾਲ ਦਰਦ, ਮੈਦਾ, ਮੈਦਾ, ਮੈਦੇ ਕੀ ਅਗਰ ਕਿਸੇ ਪ੍ਰੋਬਲਮ ਹੋਇਆ, ਗਰਮੀ ਹੋਇਆ ਜਾਂ ਇਸ ਤਰ੍ਹਾਂ, ਤਾਂ ਉਹ ਇਸ ਨਾਲ ਕਾਹਵਾ ਬਣਾ ਕੇ ਪੀਓ ਤਾਂ ਆਰਾਮ ਆ ਜਾ ਸੀ। ਤਾਂ ਮੈਂ ਆਖਿਆ ਕਿਉਂ ਨਾ ਹੁਣ ਅਸੀਂ ਇੱਧਰ ਆਏ ਹਾਂ ਤਾਂ ਇਹ ਚੀਜ਼ਾਂ ਅਸਾਂ ਨਾਲ ਲੈ ਜੁਲਾਂ, ਠੀਕ ਹੈ। ਬਾਕੀ ਸ਼ਾਪਰ ਮੇਰੇ ਬੈਗ ਵਿੱਚ ਐਸੀ ਬੈਗ ਮੈਂ ਨਾਲ ਹੀ ਨਿਗਾਹ ਆਇਆ ਸਾਂ, ਤਾਂ ਮੈਂ ਕਿਹਾ ਚਲੋ ਸ਼ਾਪਰ ਮੈਂ ਇਹ ਪਾੜ ਦਿਓ। ਕਿਤੇ ਜੜੀ ਬੂਟੀਆਂ, ਦੋ ਜੜੀ ਬੂਟੀਆਂ ਮੇਰੇ ਕੋਲ ਹੋ ਗਈਆਂ, ਦੋ ਹੋ ਗਈਆਂ। ਬਾਕੀ ਜਿਹੜੀ ਵੀ ਹੋਰ ਕੋਈ ਰਸਤੇ ਮਿਲ ਸੀ ਉਹ ਜੜੀ ਬੂਟੀ ਮੈਂ ਨਿਗਾਹ ਕਾਰ ਚ ਸਾਂ, ਠੀਕ ਹੈ। ਅਤੇ ਬਾਕੀ ਇਤਨਾ ਸਫ਼ਰ ਕੀਤਾ ਅਸਾਂ, ਸੋਚ ਵੀ ਨਾ ਸਕਣੇ ਕਿ ਉਹਨਾਂ ਪਹਾੜਾਂ ਤੋਂ ਵੀ ਬੈਕ ਸਾਈਡ ਤੋਂ ਅਸਾਂ ਪੈਦਲ ਟੁਰਨਾ ਸ਼ੁਰੂ ਕੀਤਾ ਸੀ। ਉਹ ਤੋਲੀ ਪੀਣਾ ਪਹਾੜ ਹੈ, ਠੀਕ ਹੈ। ਜਿਹਨਾਂ ਭੈਣ ਭਰਾ ਸੀ ਰੈਗੂਲਰ ਵੀਡੀਓ ਤੱਕ ਉਹਨੇ ਪਤਾ ਸੀ ਕਿ ਉਹ ਤੋਲੀ ਪੀਣੇ ਪਹਾੜਾਂ ਕੋਲੋਂ ਅਸਾਂ ਪੈਦਲ ਨਿਕਲੇ ਸਾਂ, ਜਿਸ ਦਿਨ ਬਾਰਿਸ਼ ਵੀ ਬੰਥੀ ਜਾਣ ਦੀ ਤੂਫਾਨ ਹੋਇਆ ਸੀ। ਤਾਂ ਤੱਕੋ ਫਿਰਨੇ 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 ਕੁੱਥਾ ਪੁੱਜੇ ਹਾਂ, ਹਾਲੇ ਵੀ ਅੱਗੇ ਕਾਫੀ ਸਫ਼ਰ ਹੈ। ਅਤੇ ਬਾਕੀ ਉਹਨਾਂ ਅਸਾਂ ਚਾਪਰ ਵਾਇਆ ਪਾ ਲੈਂਦਾ, ਹੁਣ ਚੱਲਦੇ ਹਾਂ ਨੀਚੇ ਡੇਰੇ ਪਰ, ਉੱਥੇ ਚੱਲਿਆ ਗੱਪ ਸ਼ੱਪ ਉਸੀ। ਬਾਕੀ ਜੀ ਫਾਈਨਲੀ ਅਸਾਂ ਹੁਣ ਆਪਣੇ ਡੇਰੇ ਪਰ ਪਹੁੰਚ ਆਏ ਹਾਂ। ਇਸ ਉੱਪਰ ਨਦੀਮ ਬਾਈ ਪਹੁੰਚ ਆਏ, ਜਿਨ੍ਹਾਂ ਕਿ ਅਸਾਂ ਆਪਣੇ ਪਾਵਰ ਬੈਂਕ ਦਿੱਤੇ ਸਨ, ਜਿਨ੍ਹਾਂ ਕਿ ਦਿਨ ਕਿ ਫੋਨ ਕਰਨੇ ਰਿਹਾ ਵੀਡੀਓ 'ਚ ਪਿਛਲੇ 'ਚ ਪਾਇਆ ਵੀ ਆ ਸੀ। ਪਾਵਰ ਬੈਂਕ ਚਾਰਜ ਕਰਨੇ ਵਾਸਤੇ ਦਿੱਤੇ ਸਨ, ਉਸ ਤੋਂ ਪਹਿਲਾਂ ਮੋਬਾਈਲ ਵਗੈਰਾ ਚਾਰਜ ਕਰਨੇ ਦਿੱਤੇ ਸਨ, ਮਾੜੇ ਨਾਲ ਕੱਪੜੇ ਜ਼ਬਰਦਸਤੀ ਖੜ੍ਹੇ ਸਨ ਕਿ ਤੁਹਾਨੂੰ ਕੱਪੜੇ ਧੋ ਗਿਆ ਇਸ ਦੀ ਗੱਲ ਕਰ ਸਾਂ। ਬਾਕੀ ਅਸਲਾਮ ਵਾਲੇਕੁਮ ਜੀ। ਹਾਂਜੀ ਬਾਈ, ਕੀ ਹਾਲ ਹੈ? ਠੀਕ ਹੋ ਸੀ? ਠੀਕ ਹੈ। ਹਾਂਜੀ, ਕੀ ਹਾਲ ਹੈ ਜੀ? ਠੀਕ ਹੋ ਸੀ? ਠੀਕ ਹੈ। ਹੋਰ ਆ ਗਿਆ ਜੀ? ਕਾਫੀ ਲੇਟ ਆਏ ਹੋ, ਸਫ਼ਰ ਕਾਫੀ ਹੈ, ਕਾਫੀ ਸੋਹਣੀ ਹਿੰਮਤ ਹੈ ਜਿਹੜੇ ਇਤਨੇ ਦੂਰ ਮੋਟਰਸਾਈਕਲ ਖਿਲਾ ਗਿਆ ਤੁਸੀਂ ਇੱਥੇ, ਅਸੀਂ ਮੋਬਾਈਲ ਪਹਿਲੇ ਆ ਗਿਆ, ਚਾਰਜ ਹੋ ਗਿਆ। ਬਾਕੀ ਜੀ ਇਹ ਚੱਕ ਕਰਨੇ ਸੋ ਜੀ ਅਸਾਂ ਨੇ ਪਾਵਰ ਬੈਂਕ ਅਤੇ ਇਸ ਉੱਪਰ ਮਾੜੇ ਕੱਪੜੇ, ਇਹ ਤਕਣੇ ਸੋ ਇੰਨਾ ਧੋ ਗਿਆ, ਇਸਤਰੀ ਕਰ ਗਿਆ, ਇਹ ਪਾਵਰ ਬੈਂਕ ਚਾਰਜ ਕਰ ਗਿਆ ਦੋਵੇਂ ਅੰਦਰ। ਅਤੇ ਬਾਕੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਜੀ। ਕਿਤਨੇ ਘੰਟਿਆਂ ਦਾ ਸਫ਼ਰ ਹੈ ਸੋਨਾ ਇੱਥੇ? ਨਾ 8-9 ਘੰਟੇ ਨਾ ਸੋਨੇ ਮੋਬਾਈਲ ਚਾਰਜ ਹੋ ਗਏ ਦੋ, ਮਤਲਬ ਟੋਟਲ ਅਸਾਂ ਨੇ ਜਿਹੜੇ ਨੇ ਚਾਰ ਮੋਬਾਈਲ ਸਨ, ਅਤੇ ਬਾਕੀ ਪਾਵਰ ਬੈਂਕ ਦੋਏ, ਅਤੇ ਕੱਪੜੇ ਇਸਤਰੀ ਕਰਾ ਗਿਆ ਨਾ ਅੰਦਰ। ਤਾਂ ਬਾਕੀ ਥੋੜ੍ਹਾ ਬਹੁਤਾ ਖਾਣੇ ਪੀਣੇ ਦੀਆਂ ਚੀਜ਼ਾਂ ਅਸਾਂ ਇੰਨੀ ਪਾਇਆ ਸੀ ਕਿ ਨਿਗਾਹ ਆਵੇ, ਇਸ ਕੰਮ ਨੇ ਕਾਰਡ ਸ਼ਾਰਡ, ਮਤਲਬ ਬਹੁਤ ਅਸਾਂ ਹੈਲਪ ਹੋ ਗਈ ਹੈ ਇੱਥੇ ਜੰਗਲਾਂ ਵਿੱਚ ਇਹਨਾਂ ਦੀ ਵਜ੍ਹਾ ਤੋਂ। ਤਾਂ ਬਾਕੀ ਤੁਹਾਨੂੰ ਇੱਥੇ ਕਾਰ ਕਿਹੜੀ ਜਗ੍ਹਾ ਹੈ? ਬਾਗ ਤੇ ਇੱਧਰ ਕੁਝ ਜੁਲੇ ਹੋਣ ਖਲਿਆਣਾ ਜਾ ਰਹੇ ਹੋ? ਬਹੁਤ ਸ਼ੁਕਰੀਆ ਸੋਨਾ ਜੀ, ਬਹੁਤ ਮਿਹਰਬਾਨੀ। ਤੇ ਸੋਨਾ ਪਿਆਰ ਹੈ, ਮੁਹੱਬਤ ਹੈ ਜਿਹੜਾ ਤੁਹਾਨੂੰ ਸਾਨੂੰ ਤਾਂ ਕੀਤਾ ਜ਼ਿੰਦਗੀ ਦੀ, ਤਾਂ ਫਿਰ ਇਨਸ਼ਾਅੱਲਾ ਕੁਥਰਾ ਕੁਥਰਾ ਮੁਲਾਕਾਤ ਤੁਸੀਂ, ਠੀਕ ਹੈ ਜੀ। ਇਹ ਸਪੈਸ਼ਲ ਅਸਾਂ ਕਿ ਇਹ ਸਮਾਨ ਸਮਾਨ ਦੇਣੇ ਦਾ ਸਨ, ਜਾਂ ਇੱਧਰ ਨੀਚੇ ਸਾਈਡ ਇੱਕ ਗ੍ਰਾਮ ਹੈ ਖਲਿਆਣਾ, ਉੱਧਰ ਜਾ ਰਹੇ ਨੇ। ਤੇ ਬਾਕੀ ਅਸਾਂ ਕਿ ਸਮਾਨ ਸਮਾਨ ਦਿੱਤਾ ਨੇ, ਤਾਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਇਹਦੇ ਨਾਲ ਲੋਕ ਬਹੁਤ ਮਹਿਮਾਨ ਨਵਾਜ਼, ਅੱਛੇ ਅਖਲਾਕ ਨੇ ਮਾਲਕ ਨੇ, ਠੀਕ ਹੈ। ਤਾਂ ਅੱਲਾ ਇਹਨਾਂ ਨੇ ਜ਼ਿੰਦਗੀ ਦਰਾਜ਼ ਕਰਾਇਆ, ਤਾਂ ਇਹਨਾਂ ਨੇ ਜਿਹੜੇ ਕਾਰੋਬਾਰ ਉਹਨੇ ਬਰਕਤ ਦਿਆ, ਠੀਕ ਹੈ ਜੀ।
ਹਾਂ ਜੀ ਵੀਵਰਸ, ਅਸਾਂ ਅੱਜ ਨਾਈਟ ਸਟੇ ਇਸ ਜਗ੍ਹਾ ਪਰ ਕਰਨੀ ਹੈ ਕਿਉਂਕਿ ਅੱਜ ਕੈਂਪ ਵਗੈਰਾ ਨਹੀਂ ਲਾਉਣਾ ਕਿਉਂਕਿ ਇੱਥੇ ਜਗ੍ਹਾ ਕੈਂਪ ਲਾਉਣ ਲਈ ਇਤਨੀ ਖਾਸ ਕੋਈ ਨਹੀਂ, ਤਾਂ ਇਸ ਵਜ੍ਹਾ ਤੋਂ ਅਭਾਵ ਹੀ ਤਾਂ ਬਹੁਤ ਪੈਣੀ ਹੈ, ਤਾਂ ਇਸ ਵਾਸਤੇ ਕੈਂਪ ਵਗੈਰਾ ਅੱਜ ਨਾ ਲਾਉਣ ਨੇ। ਇਸ ਜਗ੍ਹਾ ਪਰ ਅਸਾਂ ਥੋੜ੍ਹੀ ਜਿਹੀ ਸੈਟਅਪ ਬਣਾਇਆ ਆਪਣਾ, ਥੱਲੇ ਕੰਬਲ ਸ਼ਮਲ ਡਾਇਆ, ਥੱਲੇ ਨੀਚੇ ਇੱਕ ਤਰਪਾਲ ਡਾਇਆ, ਇਸ ਪਰ ਆਪਣਾ ਸਮਾਨ ਸੇਵ ਕੀਤਾ, ਉਸ ਪਰ ਠੰਡੀ ਹਵਾ ਨਾਲ ਹੈ, ਬਾਕੀ ਦਰਖਤ ਨੇ ਨੀਚੇ ਸਵਾਂਗੇ, ਠੰਡੀ ਹਵਾ ਸਰਦੀ, ਇਸ ਪਰ ਚਾਹ ਵਗੈਰਾ ਬੰਨੀ ਵੀ ਹੈ, ਅੱਛਾ ਕਰਨ ਸਮਾਨ ਨਹੀਂ ਪਈ, ਚਾਹ ਵਗੈਰਾ ਬਣਾਉਣੇ ਪੈਣ। ਬਾਕੀ ਜਣੇ ਇਸ ਪਰ ਕੁਝ ਜਣੇ ਨੇ ਉਹ ਪਾਰਲੀ ਸਾਹਿਬ ਲੇਟ ਸਨ ਨਾਕੇ ਪਰ, ਕਿ ਜੇ ਇਸ ਸਾਹਿਬ ਲੇਟ ਸਨ, ਦੋ ਤਰੇ ਜਿਹੜੇ ਅਸਾਂ ਇੱਥੇ ਇਕੱਠੇ ਲੇਟ ਸਾਂ, ਠੀਕ ਹੈ, ਤਾਂ ਚਲੋ ਸਾਰੇ ਬੰਦੇ ਪੂਰੇ ਹੋ ਜਾਸਾਂ। ਤਾਂ ਬਾਕੀ ਅੱਜ ਦੀ ਵੀਡੀਓ ਜਿਹੜੀ ਹੈ ਰੋਟੀਨ ਵਿੱਚ ਸਤਕਿਆ ਸੀ ਵਲਾਗ ਕਿਸ ਹਿਸਾਬ ਨਾਲ, ਬਾਕੀ ਹੁਣ ਇੱਥੇ ਇਸ ਜਗ੍ਹਾ ਪਰ ਵੀ ਕੋਈ ਖਤਰਾ ਹੈ ਅੱਜ? ਸ਼ੇਰ ਦਾ ਖਤਰਾ ਹੈ, ਸ਼ੇਰ ਦਾ ਖਤਰਾ, ਇਸ ਪੂਰੇ ਜੰਗਲ ਸ਼ੇਰ ਦਾ ਖਤਰਾ, ਪੂਰੇ ਜੰਗਲ ਸ਼ੇਰ। ਤਾਂ ਬਾਕੀ ਚੋਰੀ ਛੋਰੀ ਨਾਲ ਵੀ ਕੋਈ ਆਣੇ ਸੋ? ਚੋਰੀ ਵੀ ਹੈ, ਬਾਕੀ ਜੀ ਇੱਥੇ ਕੁਝ ਬੰਦੇ ਐਸੇ ਵੀ ਹਨ ਜਿਹੜੇ ਦਬ ਦਬਾ ਕਰ ਗਿਆ, ਮਤਲਬ ਦੋ ਚਾਰ ਬੰਦੇ ਆਉਣੇ ਤਾਂ ਬੱਕਰਾ ਜਾਂ ਕੋਈ ਚੀਜ਼ ਜ਼ਬਰਦਸਤੀ ਖੋਣੇ ਦੀ ਕੋਸ਼ਿਸ਼ ਕਰਨੇ, ਠੀਕ ਹੈ, ਆਣੇ ਦਿਓ ਹੀ ਦਿਓ ਅਸੀਂ, ਤਾਂ ਇਸ ਤਰ੍ਹਾਂ ਦਾ ਖਤਰਾ ਵੀ ਹੋਣਾ ਹੈ, ਤਾਂ ਅਸਾਂ ਕੀ ਰਾਤ ਜਾਗਣਾ ਪੈਣਾ ਹੈ। ਅਸਾਂ ਸਿਰਫ ਜ਼ਿਆਦਾਤਰ ਅੱਜ ਹਾਲੇ ਤੱਕ ਬੱਚੇ ਹਾਂ ਤਾਂ ਕੁੱਤਿਆਂ ਦੇ ਸਿਰਾਂ ਪਰ, ਕਿਉਂਕਿ ਅਸਾਂ ਕੋਲ 8 to 9 ਕੁੱਤੇ, ਠੀਕ ਹੈ, ਤਾਂ ਉਹ ਰਾਤ ਕੀ ਕੋਈ ਬੰਦਾ ਇੱਥੇ ਨੇੜੇ ਅਮਨ ਹੀ ਨਹੀਂ ਦੇਣੇ। ਤਾਂ ਬਾਕੀ ਅਸਾਂ ਵੀ ਅੱਲਾ ਨੇ ਮੈਂ 10-11 ਬੰਦੇ ਹਾਂ ਕਿ ਜਿਹੜੇ ਰਾਤੀ ਡਿਫਟੀ ਦੇਣੇ ਆ, ਮੈਂ ਤਾਂ ਅਕਸਰ ਸਹੀ ਜਾਣਾ ਲੇਕਿਨ ਆ ਕੇ ਅੱਗ ਸ਼ੱਗ ਬਾਲ ਗਏ ਡਿਫਟੀ ਦੇਣੇ। ਬਾਕੀ ਆ ਕਿ ਬੱਕਰੀਆਂ ਵਗੈਰਾ ਅਸਾਂ ਅੱਜ ਇਹ ਜਿਹੜੇ ਨੀਚੇ ਜੰਗਲ ਹੈ ਅਸਾਂ ਇੱਥੇ ਸਟੇ ਕਰ ਸਕਾਂ ਕਿਉਂਕਿ ਆਪੋ ਇੱਥੇ ਉੱਪਰ ਲੇਟੇ ਹੋਸਾਂ ਅੱਧੇ, ਤਾਂ ਬਾਕੀ ਬੱਕਰੀਆਂ ਬਿਲਕੁਲ ਇੱਥੇ ਨਾਲ ਹੋ ਸਨ, ਅੱਛਾ ਕਹਿੰਦੇ ਜਮ੍ਹਾਂ ਕਰ ਲਈਆਂ ਬੱਕਰੀਆਂ ਸਾਹਿਬ ਪਰ। ਬਾਕੀ ਕੁਝ ਬੰਦੇ 2 or 3 ਬੰਦੇ ਉਹ ਪਾਲੀ ਜੀ ਨੱਕੀ ਹੈ ਉਸ ਪਰ ਬੈਸਣ, ਅਤੇ ਜਿਹੜੀ ਇਸ ਸਾਹਿਬ ਨੱਕੀ ਹੈ 2-3 ਬੰਦੇ ਇਸ ਸਾਹਿਬ ਪਰ ਬੈਸਣ, ਠੀਕ ਹੈ। ਬਾਕੀ ਇਹ ਜਗ੍ਹਾ ਓਪਨ ਆ, ਬੰਦਾ ਇੱਥੇ ਟਾਰਚ ਮਾਰ ਕੇ ਤੱਕ ਸਕਣਾ, ਬਿਲਕੁਲ ਓਪਨ ਏਰੀਆ, ਜਿਹੜਾ ਘਣਾ ਜੰਗਲ ਹੈ ਉਸ ਸਾਹਿਬ ਪਰ ਜ਼ਿਆਦਾ ਖਤਰਾ ਹੋਣਾ, ਤਾਂ ਅਸਾਂ ਸਹਿਣਾ ਇੱਥੇ ਅੱਛਾ ਕਰਨੇ ਸੋ। ਤਾਂ ਇਸਨੇ ਉੱਪਰ ਇੱਕ ਹੋਰ ਤਰਪਾਲ ਹੈ, ਅਸਾਂ ਉਹ ਤਰਪਾਲ ਦੇਸਾਂ ਤਾਂ ਫਿਰ ਨਾਲ ਸਟੇ ਕਰਸਾਂ। ਬਾਕੀ ਵੀਡੀਓ ਨੂੰ ਐਂਡ ਕਰਨੇ ਇੱਥੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਗਿਆ, ਪਿਛਲੀ ਵੀਡੀਓ 'ਚ ਵੀ ਤੁਸੀਂ ਨਾਈਟ ਨਾਲ ਸੀਨ ਦੱਸਿਆ ਸੀ, ਗੱਪ ਸ਼ੱਪ ਹੋਈ ਸੀ, ਅੱਗ ਸ਼ੱਗ ਜਲਾਈ ਸੀ, ਅੱਜ ਵੀ ਸੇਮ ਸੀਨ ਹੀ ਹੋ ਸੀ, ਲੇਕਿਨ ਆ ਕੇ ਅੱਜ ਵੀਡੀਓ ਨੂੰ ਪਹਿਲੇ ਐਂਡ ਕਰ ਛੋਨੇ। ਆਪਣੇ ਮੂੰਹ ਸਾਂ ਖੈਰ ਕੇ ਅਸਾਂ ਕੇ ਦੁਆ ਵੀ ਯਾਦ ਰੱਖੇ, ਇਨਸ਼ਾਅੱਲਾ ਨੈਕਸਟ ਮਿਸਾਜ ਤੋਂ ਅੱਛੀ ਵੀਡੀਓ ਨਾਲ ਅਲਾਸ ਹੋਣੇ ਵਾਲਾ ਹੈ।